किसान भीरो सत श्री अकाल। अपनी कणक की फसल दे विच सारे तो जरूरी जिहड़ा काम हुंदा है जिहदा फर्क पैंदा है, क्यों बाकी तो आपां खाद पानी तो आपां अपने हिसाब नाल दे ही दिंदे हां, तो सारे तो जिहड़ा जरूरी काम हुंदा उह हुंदा है तो हरबीसाइड का यूज करते हैं, जिहड़ा आपां विटोपिकल ग्रिप या फिर टोटल या फिर कोई भी आपां हरबीसाइड यूज करते हैं, 2,4-D करते हैं। ਤਾਂ ਉਹਦੇ ਬਾਰੇ ਅੱਜ ਗੱਲ ਕਰਦੇ ਹਾਂ ਵੀ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਉਹਦਾ ਸਪਰੇ ਕਰੀਏ ਹਰਬੀਸਾਈਡ ਦਾ, ਜਾਂ ਪਹਿਲਾਂ ਪਾਣੀ ਲਾ ਕੇ ਬਾਅਦ 'ਚ ਕਰੀਏ, ਜਾਂ ਦੂਜੇ ਪਾਣੀ 'ਤੇ ਕਰੀਏ। ਕਈ ਜ਼ਿਮੀਂਦਾਰ ਪਹਿਲੇ ਪਾਣੀ 'ਤੇ ਸਪਰੇ ਨਹੀਂ ਕਰਦੇ, ਦੂਜੇ ਪਾਣੀ 'ਤੇ ਕਰਦੇ ਵੀ ਹੋਰ ਕੱਖ ਉੱਗ ਜਾਣਗੇ ਸਾਰੇ। ਜਾਂ ਫਿਰ ਇਹਦੇ ਵਿੱਚ ਕਿਹੜੇ ਕਿਹੜੇ ਕਿੰਨੇ ਟਾਈਪ ਦੇ ਹਰਬੀਸਾਈਡ ਹੁੰਦੇ ਆ, ਮੰਨ ਕੇ ਚੱਲੋ ਵੀ ਇੱਕ ਤਾਂ ਹੁੰਦੇ ਆ ਪ੍ਰੀ ਐਮਰਜੈਂਸ, ਇੱਕ ਹੁੰਦੇ ਆ ਪੋਸਟ ਐਮਰਜੈਂਸ, ਅਤੇ ਇਹਦੇ ਬਾਰੇ ਅੱਜ ਗੱਲ ਕਰਦੇ ਹਾਂ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਉਹ 'ਤੇ ਨੋਟੀਫਿਕੇਸ਼ਨ ਵਾਲਾ ਆਲ ਵਾਲਾ ਬਟਨ ਵੀ ਪ੍ਰੈਸ ਕਰ ਦਿਓ, ਅਤੇ ਇਹਨੂੰ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਤੇ ਕਮੈਂਟ ਵੀ ਜ਼ਰੂਰ ਕਰ ਦਿਓ, ਕਿਉਂਕਿ ਤੁਹਾਡੇ ਲਾਈਕ ਅਤੇ ਕਮੈਂਟ ਨਾਲ ਵੀਡੀਓ ਦੀ ਰੀਚ ਵੱਧਦੀ ਹੈ। ਤਾਂ ਹੁਣ ਆਪਣੀ ਲਗਭਗ ਕਣਕਾਂ ਦੀ ਬਿਜਾਈ ਜਿਹੜੀ ਲੇਟ ਬਿਜਾਈਆਂ ਹੈਗੀਆਂ, ਕਿਉਂਕਿ ਇਸ ਵਾਰੀ ਨਰਮੇ ਚੁਗਾਈ ਦੇ ਵਿੱਚ ਦਿੱਕਤ ਆ ਗਈ, ਚੁਗਾਰੇ ਨਹੀਂ ਮਿਲੇ, ਤਾਂ ਕਰਕੇ ਹੁਣ ਵੀ ਬਿਜਾਈ ਚੱਲ ਰਹੀ ਹੈ, ਕਈ ਥਾਂ 'ਤੇ ਬਿਜਾਈ ਹੋਣੀ ਬਾਕੀ ਹੈ ਮਾੜੀ ਮੋਟੀ। ਜਾਂ ਫਿਰ ਹੁਣ ਜਿਹੜੀਆਂ ਗੇਤੀਆਂ ਬੀਜੀਆਂ ਵੀ ਕਣਕਾਂ ਉਹਨਾਂ ਨੂੰ ਕੋਰ ਵੀ ਲੱਗੀ ਜਾਂਦੀ ਹੈ। ਤਾਂ ਆਪਾਂ ਅੱਜ ਇਹ ਗੱਲ ਕਰਦੇ ਹਾਂ ਵੀ ਆਪਾਂ ਹਰਬੀਸਾਈਡ ਯੂਜ ਕਰਦੇ ਹਾਂ, ਇੱਕ ਤਾਂ ਹੁੰਦੇ ਆ ਪ੍ਰੀ ਐਮਰਜੈਂਸ ਹੁੰਦੇ ਆ, ਪ੍ਰੀ ਐਮਰਜੈਂਸ ਹੁੰਦੇ ਆ ਵੀ ਜਦੋਂ ਆਪਣੀ ਬਿਜਾਈ ਹੋਊਗੀ ਆਪਾਂ ਗਿੱਲੇ ਪੱਤਰ 'ਤੇ ਉਵੇਂ ਸੁਹਾਗਾ ਮਾਰ ਕੇ ਉਸ ਤੋਂ ਬਾਅਦ ਬਿਜਾਈ ਕਰਕੇ ਅਤੇ ਵੱਟਾਂ ਕੱਢ ਕੇ ਫਿਰ ਆਪਾਂ ਪੈਂਡੀ ਮੈਥਲੀਨ ਦੀ ਸਪਰੇਅ ਕਰ ਦਿੰਦੇ ਹਾਂ, ਜਾਂ ਪੈਂਡਾ ਜਾਂ ਫਿਰ ਆਪਾਂ ਕਹਿ ਦਿੰਦੇ ਹਾਂ ਵੀ ਆਪਾਂ ਪੀਲੀ ਜਿਹੀ ਦਵਾਈ ਦੀ ਜਿਹੜੀ ਸਪਰੇਅ ਕਰਦੇ ਹੁੰਦੇ ਹਾਂ ਉਹ ਆਪਾਂ ਸਪਰੇਅ ਕਰਦੇ ਹਾਂ, ਉਹਦਾ ਰਿਜ਼ਲਟ ਇਹ ਹੁੰਦਾ ਵੀ ਕੋਈ ਘਾਹ ਉੱਗਦਾ ਹੀ ਨਹੀਂ ਗਾ, ਵੀ ਜਿਵੇਂ ਆਪਾਂ ਉਹਦੀ ਸਪਰੇਅ ਕਰਤੀ ਤਾਂ ਜਿਹੜੇ ਘਾਹ ਵਾਸਤੇ ਆਪਾਂ ਸਪਰੇਅ ਕੀਤੀ ਹੈ ਉਹ ਉੱਗਣਾ ਹੀ ਨਹੀਂ, ਇਕੱਲੀ ਕਣਕ ਹੀ ਉੱਗੂਗੀ। ਜਾਂ ਫਿਰ ਉਦੋਂ ਬਾਅਦ 'ਚ ਹੁੰਦਾ ਵੀ ਆਪਾਂ ਲਗਭਗ ਬਹੁਤ ਘੱਟ ਜ਼ਿਮੀਂਦਾਰ ਕਰਦੇ ਆ, ਜ਼ਿਆਦਾ ਆਪਾਂ ਕਰਦੇ ਹਾਂ ਪਹਿਲਾਂ ਪਾਣੀ ਲਾ ਕੇ। ਜਾਂ ਕਈ ਵਾਰੀ ਆਪਣੇ ਇਹ ਦਿੱਕਤ ਆ ਜਾਂਦੀ ਹੈ ਵੀ ਜਿਵੇਂ ਆਪਾਂ ਗਿੱਲੀ ਪੱਤਰ 'ਚ ਬੀਜਦੇ ਹਾਂ ਨਾ, ਵਾਲੀ ਭਲ ਭੁਲ ਤਾਂ ਬਣਦੀ ਨਹੀਂ ਬਣਦੀ ਗੀ ਜਦੋਂ ਆਪਾਂ ਕਣਕ ਬੀਜਦੇ ਹਾਂ, ਤਾਂ ਕਣਕ ਦੇ ਨਾਲ ਹੀ ਜਿਹੜਾ ਹੈਗਾ ਘਾਹ ਉੱਗ ਜਾਂਦਾ ਹੈ। ਜਿਵੇਂ ਆਹ ਤੁਸੀਂ ਦੇਖ ਰਹੇ ਹੋ ਵੀ ਬਾਥੂ ਕਣਕ ਦੇ ਨਾਲ ਹੀ ਉੱਗਿਆ ਹੋਇਆ, ਤਾਂ ਆਪਾਂ 25-30-35 ਦਿਨਾਂ ਦੀ ਕਣਕ ਨੂੰ ਪਾਣੀ ਲਾਉਂਦੇ ਹਾਂ ਤਾਂ ਉਦੋਂ ਨੂੰ ਬਾਥੂ ਵੀ ਵੱਡਾ ਵੱਡਾ ਦਿਖਣ ਲੱਗ ਜਾਂਦਾ। ਫਿਰ ਜ਼ਿਮੀਂਦਾਰ ਸੋਚਦਾ ਵੀ ਪਹਿਲਾਂ ਆਪਾਂ ਬਾਥੂ ਵਾਲੀ ਸਪਰੇਅ ਕਰ ਦਈਏ, ਕਿਉਂਕਿ ਆਪਾਂ ਨੂੰ ਐਵੇਂ ਹੈ ਵੀ ਜਿਹੜੀ ਟੋਪਿਕ ਜਾਂ ਫਿਰ ਗੁੱਲੀ ਡੰਡੇ ਵਾਲੀ ਜਾਂ ਬਰੀਕ ਪੱਤੀ ਵਾਲੀ ਪੱਤੀ ਵਾਲੇ ਘਾਹ ਵਾਸਤੇ ਆਪਾਂ ਸਪਰੇਅ ਕਰਦੇ ਹਾਂ ਵੀ ਉਹਦਾ ਕਣਕ 'ਤੇ ਇਫੈਕਟ ਪੈਂਦਾ, 5-4 ਦਿਨ ਕਣਕ ਦੀ ਗਰੋਥ ਰੋਕਦੀ ਹੈ। ਅਤੇ ਜਿਹੜਾ ਚੌੜੀ ਪੱਤੀ ਵਾਲਾ ਹੁੰਦਾ ਹੈ ਉਹ ਆਪਾਂ ਸੋਚਦੇ ਹਾਂ ਵੀ ਕਣਕ ਤਾਂ ਹੈਗੀ ਹੈ ਪਤਲੀ ਬਰੀਕ ਪੱਤੀ ਵਾਲੀ, ਅਤੇ ਉਹ ਚੌੜੀ ਪੱਤੀ ਵਾਲਾ ਹਰਬੀਸਾਈਡ ਆ ਉਹਦਾ ਯੂਜ ਕਰ ਸਕਦੇ ਹਾਂ, ਕਣਕ 'ਤੇ ਨਹੀਂ ਫਰਕ ਪੈਣਾ ਗਾ। ਅਤੇ ਆਪਾਂ ਵੀ ਕਈ ਵਾਰੀ ਜ਼ਿਆਦਾ ਜਿਵੇਂ ਬਾਥੂ ਹੈਗਾ ਤਾਂ ਆਪਾਂ ਪਹਿਲੀਆਂ 'ਚ ਹੀ 2,4-D ਵਗੈਰਾ ਕਰ ਦਿੰਦੇ ਹਾਂ, ਤਾਂ ਉਹਦਾ ਰਿਜ਼ਲਟ ਕੀ ਹੁੰਦਾ, ਇੱਕ ਤਾਂ ਉਹਦਾ ਕਣਕ 'ਤੇ ਵੀ ਬੈਡ ਇਫੈਕਟ ਪੈਂਦਾ ਕਿਉਂਕਿ ਜਦੋਂ ਤਾਂ ਪਾਣੀ ਨਹੀਂ ਲੱਗਿਆ ਹੁੰਦਾ ਕੋਰ ਕਣਕ ਨੂੰ, ਜੇ ਆਪਾਂ ਸਪਰੇਅ ਹਰਬੀਸਾਈਡ ਕਰ ਦਿੰਦੇ ਹਾਂ ਤਾਂ ਕਣਕ ਨੂੰ ਝਟਕਾ ਲੱਗਦਾ, ਕਣਕ ਪੀਲੀ ਹੋ ਸਕਦੀ ਹੈ ਜਾਂ ਫਿਰ ਉੱਤੋਂ ਥੋੜ੍ਹੀ ਥੋੜ੍ਹੀ ਮੱਚ ਵੀ ਸਕਦੀ ਹੈ, ਜਾਂ ਉਹਦੇ ਟੈਂਪਰੇਚਰ ਦਾ ਵੀ ਫਰਕ ਪੈ ਸਕਦਾ ਕਣਕ 'ਤੇ। ਅਤੇ ਉਹਦਾ ਦੂਜਾ ਨੁਕਸਾਨ ਪਹਿਲਾਂ ਸਪਰੇਅ ਕਰੀਦਾ ਇਹ ਹੋਊਗਾ ਜਦੋਂ ਪਾਣੀ ਲਾਵਾਂਗੇ ਆਪਾਂ, ਪਾਣੀ ਤੋਂ ਬਾਅਦ ਵੀ ਜਿਹੜਾ ਘਾਹ ਜਰਮੀਨੇਸ਼ਨ ਹੋਊਗੀ ਘਾਹ ਉੱਗੂਗਾ ਆਪਾਂ ਨੂੰ ਫਿਰ ਉਹਦੇ ਵਾਸਤੇ ਦੁਬਾਰੇ ਸਪਰੇਅ ਕਰਨੀ ਪਊਗੀ, ਕਿਉਂਕਿ ਹਰਬੀਸਾਈਡ ਸਪਰੇਅ ਕਰਦੇ ਹਾਂ ਆਪਾਂ ਕਰਦੇ ਤਾਂ ਘਾਹ ਵਾਸਤੇ ਪਰ ਆਪਣੀ ਫਸਲ 'ਤੇ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਝਟਕਾ ਲੱਗਦਾ, ਕਿੱਥੇ ਤਾਂ ਆਪਾਂ ਇੱਕ ਸਪਰੇਅ ਕਰਨੀ ਕਿੱਥੇ ਆਪਾਂ 2 ਸਪਰੇਆਂ ਕਰ ਦਾਂਗੇ, ਤਾਂ ਉਹਦਾ ਆਪਣੀ ਕਣਕ 'ਤੇ ਵੀ ਫਰਕ ਪਊਗਾ, ਆਪਣੀ ਜੇਬ 'ਤੇ ਵੀ ਫਰਕ ਪਊਗਾ ਅਤੇ ਆਪਣਾ ਟਾਈਮ ਵੀ ਜ਼ਿਆਦਾ ਲੱਗੂਗਾ। ਤਾਂ ਕਰਕੇ ਜਿਹੜਾ ਆਪਣੀ ਕੋਰ ਲਾਉਣ ਤੋਂ ਪਹਿਲਾਂ ਜਾਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਘਾਹ ਖੜ੍ਹਾ ਹੈ ਉਹ ਆਪਾਂ ਨੂੰ ਕੁਛ ਨਹੀਂ ਕਹਿੰਦਾ, ਕੋਈ ਗੱਲ ਨਹੀਂ ਖੜ੍ਹਾ ਰਹਿਣ ਦਿਓ, 4 ਦਿਨ ਆਪਣੀਆਂ ਅੱਖਾਂ ਦੇ ਸਾਹਮਣੇ ਖੜ੍ਹਾ ਰਹੂ ਤਾਂ ਕੁਛ ਨਹੀਂ ਹੁੰਦਾ ਗਾ।
अपना पहला पानी ला के ते उस तो बाद जदों अपना वाहन तुरन फिरन जोगा हो जाए भी बिच पैर कुबनो हट जाए उदों जे आपां स्प्रे करते हैं तो उदों ताईं जिहड़ा होर घा उगना हुंदा वो भी वो टंगूर मार जांदा ते आपां नूं दिखदा तां अपना दी है नहीं गा बाकी उहदे टंगूर बाहर आ जांदे आ तो उते भी जदों स्प्रे पैंदी है तो वह भी उत्ते ही खत्म हो जाता है तो करके वह डबल फायदा होगा एक तो जिहड़ा घा खड़ा अपना वह तो वह स्प्रे वधिया काम करेगी तो वह खत्म हो जूगा एक पानी लगे तो बाद जिहड़ा उगूगा वह भी खत्म हो जूगा घा तो ये आप एक होर गल की निगाह रखनी भी एक तो आपां धुप वाला दिन हो गई उस दिन स्प्रे करिए भी अपनी स्प्रे करे तो बाद कोई दो घंटे धुप लगे तो वह वधिया रिजल्ट आते हैं स्प्रे का दिक्कत नहीं आती गी ते एक पानी जिहड़ा हैगा अजकल क्यों पानी अपने खाल च खड़ा हुंदा है होदी च हुंदा है ठंडा पानी ठंडे पानी जदों स्प्रे करदे आ उहदा रिजल्ट उन्ना वधिया नहीं मिलदा अपने जे मोटर दा साधन हैगा तां तुरत मोटर चला के या बोर चला के आपां खाल भरीए ते साफ पानी नाल स्प्रे करिए थोड़ा जिहा निग्घा होवे तां उहदे रिजल्ट वधिया मिलदे आ तां स्प्रेहां बारे तां आपां बाद च गल करांगे अज तां आपां इसे टॉपिक ते गल करदे सीगे वी ਆਪਾਂ ਕੋਰ ਜਿਹੜੀ ਕਣਕ ਖੜੀ ਹੈ ਅਜੇ ਤਾਈਂ ਪਾਣੀ ਜਿਹਨੂੰ ਨਹੀਂ ਲਾਇਆ ਗਾ ਉਹ ਤੋਂ ਪਹਿਲਾਂ ਸਪਰੇਅ ਕਰ ਸਕਦੇ ਹਾਂ ਕਦੋਂ ਕਿਹੜਾ ਟਾਈਮ ਸਪਰੇਅ ਕਰਨ ਦਾ ਕਿਹੜਾ ਬੈਸਟ ਹੈਗਾ ਉਹਦੇ ਬਾਰੇ ਗੱਲ ਕਰ ਕੀਤੀ ਅੱਜ ਜਾਂ ਕਈ ਵਾਰੀ ਹੁੰਦਾ ਵੀ ਜ਼ਿਮੀਂਦਾਰ ਪਹਿਲੇ ਪਾਣੀ 'ਤੇ ਸਪਰੇਅ ਨਹੀਂ ਕਰਦੇ ਗੇ ਹੈ ਨਾ ਆਪਾਂ ਸੋਚ ਲੈਂਦੇ ਹਾਂ ਵੀ ਪਹਿਲੇ ਪਾਣੀ 'ਤੇ ਸਾਰਾ ਘਾਹ ਉੱਗਿਆ ਨਹੀਂ ਗਾ ਆਪਾਂ ਅਗਲੇ ਪਾਣੀ 'ਤੇ ਸਪਰੇਅ ਕਰਾਂਗੇ ਕਿਉਂਕਿ ਕਰਨੀ ਤਾਂ ਆਪਾਂ ਨੂੰ ਗਿੱਲੇ ਜਿੰਨੋਂ ਵਾਹਣ ਗਿੱਲਾ ਹੋਵੇ ਉਦੋਂ ਹੀ ਕਰਨੀ ਪੈਂਦੀ ਹੈ ਤਾਂ ਆਪਾਂ ਜ਼ਿਆਦਾ ਦਿਨ ਤਾਂ ਨੀਟ ਪਾ ਸਕਦੇ ਪਾਣੀ ਲਾ ਕੇ ਤਾਂ ਉਹਦਾ ਰਿਜ਼ਲਟ ਕੀ ਹੁੰਦਾ ਇੱਕ ਤਾਂ ਕਿਉਂ ਆਪਾਂ ਪਹਿਲਾਂ ਪਾਣੀ ਲਗਭਗ ਮਹੀਨੇ ਕੁ ਦੀ ਕਣਕ ਨੂੰ ਨਵਾਉਣੇ ਹੈ ਅਤੇ ਦੂਜਾ ਪਾਣੀ ਵੀ 15-20 ਦਿਨ ਬਾਅਦ 'ਚ ਲਾਵਾਂਗੇ ਤਾਂ ਕਣਕ ਲਗਭਗ 50-55 ਦਿਨਾਂ ਦੀ ਹੋ ਜੂਗੀ ਅਤੇ ਉਹਦੇ ਨਾਲ ਹੀ ਜਿਹੜਾ ਘਾਹ ਉੱਗਿਆ ਹੋਇਆ ਉਹ ਵੀ 50-55 ਦਿਨਾਂ ਦਾ ਹੋ ਜੂਗਾ ਜਾਂ ਫਿਰ ਉਹ ਘਾਹ ਜਿਹੜਾ ਹੈਗਾ ਉਹ ਵੀ ਵੱਡਾ ਹੋ ਜੂ ਅਤੇ ਕਣਕ ਵੀ ਆਪਣੀ ਵੱਡੀ ਹੋ ਜੂਗੀ ਤਾਂ ਜੇ ਉਸ ਸਟੇਜ 'ਤੇ ਆਪਾਂ ਸਪਰੇਅ ਕਰਾਂਗੇ ਤਾਂ ਆਪਣੀ ਕਣਕ ਦੇ ਪੱਤੇ ਵੀ ਜ਼ਿਆਦਾ ਚੌੜੇ ਹੋਣਗੇ ਅਤੇ ਜ਼ਿਆਦਾ ਏਰੀਏ ਦੇ ਵਿੱਚ ਹੋਣਗੇ ਤਾਂ ਕਰਕੇ ਸਪਰੇਅ ਜਿਹੜੀ ਹੈਗੀ ਆ ਉਹ ਕਣਕ 'ਤੇ ਜ਼ਿਆਦਾ ਫਰਕ ਪਾਊਗੀ ਕਣਕ ਦੀ ਗਰੋਥ ਵੀ ਰੋਕੂਗੀ ਅਤੇ ਦੂਜੇ ਨੰਬਰ 'ਤੇ ਜਿਹੜਾ ਗੁੱਲੀ ਡੰਡਾ ਵੱਡਾ ਹੋ ਗਿਆ ਤਾਂ ਉਹ ਵੀ ਨਹੀਂ ਮਰਨਾ ਗਾ ਫਿਰ ਆਪਾਂ ਕਹਿੰਦੇ ਹਾਂ ਸਪਰੇਅ ਦਾ ਰਿਜ਼ਲਟ ਨਹੀਂ ਆਇਆ ਗਾ ਤਾਂ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਪਹਿਲਾਂ ਪਾਣੀ ਲਾ ਕੇ ਹਫ਼ਤੇ ਕੁ ਬਾਅਦ ਆਪਾਂ ਸਪਰੇਅ ਕਰ ਦਈਏ ਕੋਈ ਐਡੀ ਗੱਲ ਨਹੀਂ ਹੁੰਦੀ ਕਿ ਬਾਅਦ 'ਚ ਘਾਹ ਜਿਹੜਾ ਉਸ ਤੋਂ ਬਾਅਦ 'ਚ ਉੱਗਦਾ ਹੈ ਚਲੋ ਮੰਨਦੇ ਵੀ ਉੱਗ ਜਾਂਦਾ ਪਰ ਉਦੋਂ ਉਹਨੂੰ ਕਣਕ ਵਾਹਣ ਕਵਰ ਕਰ ਜਾਂਦੀ ਹੈ ਅਤੇ ਉਹਦੀ ਉਹ ਗਰੋਥ ਨਹੀਂ ਹੁੰਦੀ ਗੀ ਉਹ ਥੱਲੇ ਹੀ ਦੱਬ ਕੇ ਰਹਿ ਜਾਂਦਾ ਤਾਂ ਘਾਹ ਜਿਹੜਾ ਆਪਾਂ ਨੂੰ ਖਰਾਬ ਕਰਦਾ ਉਹ ਜਿਹੜਾ ਪਹਿਲਾਂ ਉੱਗਦਾ ਆ ਕਣਕ ਦੇ ਨਾਲ ਉੱਗਦਾ ਉਹ ਜ਼ਿਆਦਾ ਇਫੈਕਟ ਪਾਉਂਦਾ ਜਾਂ ਜਿਹੜਾ ਉਹ ਰਹਿ ਜੇ ਤਾਂ ਉਹਦੀ ਜ਼ਿਆਦਾ ਦਿੱਕਤ ਹੁੰਦੀ ਹੈ ਉਹ ਆਪਣੀ ਕਣਕ ਦੇ ਝਾੜ 'ਤੇ ਅਸਰ ਪਾ ਸਕਦਾ ਤਾਂ ਠੀਕ ਹੈ ਕਿਸਾਨ ਵੀਰੋ ਆਹੀ ਗੱਲਾਂ ਸੀ ਅੱਜ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ।